गुड मॉर्निंग स्टूडेंट्स स्टूडेंट्स आज अपन फेच पढन जा रहे हैं चैप्टर नंबर 1 नेचर एंड सिग्निफिकेंस ऑफ मैनेजमेंट एते अंडर अपन टॉपिक करेंगे आज नेचर ऑफ मैनेजमेंट सब तो पहला अपन इंग्लिश में पढ़ लेने हैं द नेचर ऑफ मैनेजमेंट इज मेनली डिवाइडेड इनटू थ्री कैटेगरीज एदा मतलब है कि जेडे नेचर ऑफ द मैनेजमेंट ओनु तीन भागा विच बंडया गया है ਬੱਲਾ ਹੈਗਾ ਮੈਨੇਜਮੈਂਟ ਐਜ਼ ਅ ਸਾਇੰਸ ਮੈਨੇਜਮੈਂਟ ਐਜ਼ ਐਨ ਆਰਟ ਤੇ ਮੈਨੇਜਮੈਂਟ ਐਜ਼ ਅ profession ਤੇ ਬੱਚੋ ਯਾਰ ਜਿਹੜਾ ਆ ਹੈਗਾ ਨੇਚਰਸ ਆਫ ਮੈਨੇਜਮੈਂਟ ਇਹ ਇੰਪੋਰਟੈਂਟ ਟਾਪਿਕ ਹੈ ਇਸ ਲਈ ਆਪਾਂ ਇਹਨੂੰ ਡੀਪਲੀ ਸਮਝਣ ਵਾਸਤੇ ਅੱਜ ਸਿਰਫ ਆਪਾਂ ਨਾ ਸਿਰਫ ਜਿਹੜਾ ਹੈਗਾ ਮੈਨੇਜਮੈਂਟ ਐਜ਼ ਅ ਸਾਇੰਸ ਹੀ ਟਾਪਿਕ ਲਵਾਂਗੇ ਠੀਕ ਹੈ ਅੱਜ ਸਿਰਫ ਆਪਾਂ ਮੈਨੇਜਮੈਂਟ ਐਜ਼ ਅ ਸਾਇੰਸ ਲਵਾਂਗੇ ਤਾਂ ਕਿ ਤੁਹਾਨੂੰ ਬਹੁਤ ਕਲੀਅਰਟੀ ਦੇ ਨਾਲ ਤੇ ਅਗਰ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਕਮੈਂਟ ਸੈਕਸ਼ਨ 'ਚ ਵੀ ਪੁੱਛ ਪਾਓ ਜੇ ਸਭ ਤੋਂ ਪਹਿਲੇ ਕਰਦੇ ਹਾਂ ਮੈਨੇਜਮੈਂਟ ਐਜ਼ ਅ ਸਾਇੰਸ ਕਹਿੰ whether the management is a science or not the features of the management as a subject must be evaluated in comparison with the features of science ਇਹਦਾ ਮਤਲਬ ਆ ਹੈ ਕਿ ਜੇ ਆਪਾਂ ਆਪਾਂ ਨੂੰ ਡਿਸਾਈਡ ਕਰਨਾ ਚਾਹੀਦਾ ਕਿ ਜੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਮੈਨੇਜਮੈਂਟ ਸਾਇੰਸ ਹੈ ਕਿ ਨਹੀਂ ਹੈਗੀ ਤੇ ਤੁਹਾਨੂੰ ਮੈਨੇਜਮੈਂਟ ਦੇ ਫੀਚਰਸ ਮੈਨੇਜਮੈਂਟ ਦੇ ਫੀਚਰਸ ਐਜ਼ ਅ ਸਬਜੈਕਟ ਆ ਜਰੂਰ ਲਿਖਣਾ ਜੇ ਬੇਟਾ ਇਹਦੇ ਨਾਲ ਆ ਇੱਕ ਕੀਵਰਡ ਹੈਗਾ ਜੇ ਤੁਸੀਂ ਇਹਨੂੰ ਅੰਡਰਲਾਈਨ ਕਰਕੇ ਲਿਖੋਗੇ ਨਾ ਤੇ ਤੁਹਾਡਾ ਐਗਜ਼ਾਮੀਨਰ ਦੇ ਵਿੱਚ ਬਹੁਤ ਹੀ ਵਧੀਆ ਇੰਪ੍ਰੈਸ਼ਨ ਪਏਗਾ ਤੋ ਅਗਰ ਤੇ ਕੋਈ ਵੀ ਸਲੀ ਮਿਸਟੇਕ ਤੁਹਾਡੇ ਕੋ ਹੋ ਜੇਗੀ ਜਾਂ ਸਪੈਲਿੰਗ ਮਿਸਟੇਕ ਹੋ ਜੇਗੀ ਤੋ ਉਹ ਨੂੰ ਓਵਰਰੂਲ ਹੋ ਜਾਏਗਾ ਠੀਕ ਹੈ ਕਿ ਕਹਿੰਦੇ ਨੇ ਨਾ ਫੀਚਰਸ ਆਫ ਦਾ ਮੈਨੇਜਮੈਂਟ ਐਜ਼ ਅ ਸਬਜੈਕਟ ਇਨ ਕੰਪੈਰੀਜ਼ਨ ਟੂ ਦਾ ਫੀਚਰਸ ਆਫ ਸਾਇੰਸ ਹੁਣ ਜਿਹੜੇ ਮੈਨੇਜਮੈਂਟ ਦੇ ਫੀਚਰਸ ਐਜ਼ ਅ ਸਬਜੈਕਟ ਹੀ ਨਾ ਉਹ ਸਾਇੰਸ ਦੇ ਨਾਲ ਬਿਲਕੁਲ ਰਿਲੇਟਿਡ ਹੀ ਆ ਗਿਆ ਤੋ ਸਭ ਤੋਂ ਪਹਿਲਾਂ ਨਾ ਆਪਾਂ ਹੁਣ ਪਹਿਲਾ ਫੀਚਰ ਆਪਾਂ ਪੜ੍ਹ ਲੈਂਦੇ ਆ ਠੀਕ ਹੈ ਬੇਟਾ ਪਹਿਲਾ ਫੀਚਰ ਕੀ ਹੈਗਾ ਉਹ ਵੇਖ ਲੈਂਦੇ ਆ ਸਭ ਤੋਂ ਪਹਿਲਾ ਫੀਚਰ ਹੈਗਾ ਸਾਡਾ ਕਿ ਸਿਸਟਮੈਟਿਕ ਬਾਡੀ ਆਫ ਨੋਲੇਜ ਹੁਣ ਇਹਦਾ ਮਤਲਬ ਸੁਣੋ ਕਿ ਸਿਸਟਮੈਟਿਕ ਬਾਡੀ ਆਫ ਨੋਲੇਜ ਜਿਸ ਤਰ੍ਹਾਂ ਸਾਇੰਸ ਹੈਗੀ ਹੈ ਸਾਇੰਸ ਵਿੱਚ ਕੀ ਆਂਦੀ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਇਹਨਾਂ ਤੇ ਇਹਨਾਂ ਨੂੰ ਪੜ੍ਹ ਕੇ ਸਾਨੂੰ ਵੱਖਰੀ ਨੋਲੇਜ ਮਿਲਦੀ ਹੈ ਉਸੇ ਤਰ੍ਹਾਂ ਅਗਰ ਮੈਨੇਜਮੈਂਟ ਨੂੰ ਵੀ ਆਪਾਂ ਪੜਾਂਗੇ ਤੇ ਸਾਨੂੰ ਕੀ ਮਿਲੇਗੀ ਵੱਖਰੀ ਨੋਲੇਜ ਮਿਲੇਗੀ ਮਤਲਬ ਸਿਸਟਮੈਟਿਕ ਬਾਡੀ ਆਫ ਨੋਲੇਜ ਮਿਲੇਗੀ ਠੀਕ ਹੈ ਹੁਣ ਆਪਾਂ ਇੰਗਲਿਸ਼ ਵਿੱਚ ਸਮਝ ਲੈਂਦੇ ਕੀ ਕਹਿੰਦੇ ਨੇ ਕਹਿੰਦੇ ਨੇ ਕਿ ਜਿਹੜਾ ਸਾਡਾ ਲਾਈਕ ਸਾਇੰਸ ਰੁਕੋ ਲਾਈਕ ਸਾਇੰਸ ਮੈਨੇਜਮੈਂਟ ਇਜ਼ ਆਲਸੋ consider as a systematic body of knowledge theek hai ab main inhi lineo ge hun pehle main english ch bol dena agla line hai kende with the passage of the time the management experts have developed the several principles of management to make it systematic subject ਹੋਂਜੇ ਸੰਤਰੀ ਵੇਖਿਆ ਹੈਗਾ ਬੇਟਾ ਜੇ ਤੁਸੀਂ ਸਾਇੰਸ ਪੜ੍ਹਦੇ ਹੋ ਜਾਂ ਫਿਜ਼ਿਕਸ ਪੜ੍ਹਦੇ ਹੋ ਕੈਮਿਸਟਰੀ ਪੜ੍ਹਦੇ ਹੋ ਤੇ ਇਹਨਾਂ ਨੇ ਕਾਫੀ ਨਿਊਟਨ ਹੁੰਦੇ ਆ ਜਿੱਸਾ ਮੰਨ ਲਓ ਕਿ ਮਤਲਬ ਮਾਰਸ਼ਲ ਹੁੰਦੇ ਨੇ ਪੀਰੀਆਡਿਕ ਟੇਬਲਸ ਹੁੰਦੇ ਨੇ ਇਹ ਇੱਕ ਹਿਸਾਬ ਦਾ ਲੋਰ ਟਾਈਪ ਦਾ ਬਣਾਇਆ ਹੁੰਦਾ ਹੈ ਜਿੱਚ ਆਪਾਂ ਖੁਸ਼ ਚੇਂਜ ਨਹੀਂ ਕਰ ਸਕਦੇ ਜਿਵੇਂ ਨਿਊਟਨ ਦੇ ਤਿੰਨ ਲਾ ਹੁੰਦੇ ਆ ਫਸਟ ਲਾ ਸੈਕਿੰਡ ਲਾ ਥਰਡ ਲਾ ਹੈਨਾ ਇਸ ਤ ਇਹਨ ਚਾਪਾ ਕੋਈ ਚੇਂਜ ਨਹੀਂ ਕਰ ਸਕਦੇ ਇਸੇ ਤਰ੍ਹਾਂ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲ ਹੈਗੇ ਹਨਾ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲ ਹੈ ਇਹ ਵੀ ਕਿਹਦੇ ਦੁਆਰਾ ਬਣੇਗੇ ਨੇ ਮੈਨੇਜਮੈਂਟ ਐਕਸਪਰਟ ਦੇ ਦੁਆਰਾ ਬਣੇਗੇ ਨੇ ਤੇ ਜਿਹੜੇ ਮੈਨੇਜਮੈਂਟ ਐਕਸਪਰਟ ਦੇ ਦੁਆਰਾ ਪ੍ਰਿੰਸੀਪਲ ਬਣੇਗੇ ਨੇ ਉਹਦੇ 'ਚ ਵੀ ਆਪਾਂ ਕੋਈ ਚੇਂਜ ਨਹੀਂ ਕਰ ਸਕਦੇ ਇਹ ਵੀ ਸਿਸਟਮੈਟਿਕ ਬੋਡੀ ਆਫ ਨੋਲਿਜ ਹੀ ਹੈਗੀ ਠੀਕ ਹੈ ਹੁਣ ਬੇਟਾ ਆਪਣਾ ਅਗਲਾ ਪੁਆਇੰਟ ਆਨਦੇ ਕੰਟੀਨਿਊਸ ਆਬਜ਼ਰਵੇਸ਼ਨ ਕਹਿੰਦੇ ਨੇ ਪਹਿਲੇ ਮੈਂ ਇੰਗਲਿਸ਼ 'ਚ ਸਮਝਾ ਦੇਣਾ ਕਿ ਲਾਈਕ ਅ ਸਾਇੰਸ ਪ੍ਰਿੰਸੀਪਲਸ ਆਫ ਮੈਨੇਜਮੈਂਟ ਹੈਜ਼ ਆਲਸੋ ਡਵੈਲਪਡ ਔਨ ਦਾ ਬੇਸਿਸ ਆਫ ਕੰਟੀਨਿਊਸ ਆਬਜ਼ਰਵੇਸ਼ਨ ਸੋ ਸਭ ਤੋਂ ਪਹਿਲਾਂ ਬੇਟਾ ਆਪਾਂ ਨਾ ਕੰਟੀਨਿਊਸ ਆਬਜ਼ਰਵੇਸ਼ਨ ਦਾ ਮਤਲਬ ਸਮਝ ਲੈ ਲੈਂਦੇ ਹਾਂ ਕਿ ਕੀ ਹੈਗਾ ਸਭ ਤੋਂ ਪਹਿਲਾਂ ਆ ਹੈਗਾ ਕੰਟੀਨਿਊਸ ਆਬਜ਼ਰਵੇਸ਼ਨ ਜਿਸ ਦਾ ਆਪਾਂ ਉਹਨੂੰ ਲਗਾਤਾਰ ਦੇਖਣਾ ਆਬਜ਼ਰਵ ਕਰਨਾ ਕਿ ਉਹਦੇ ਤੇ ਕੋਈ ਰਿਐਕਸ਼ਨ ਹੋਇਆ ਕਿ ਨਹੀਂ ਹੋਇਆ ਹੁਣ ਜਿਸਾਂ ਤੀ ਕੈਮਿਸਟਰੀ ਵਿੱਚ ਜਾਂਦੇ ਹੋ ਜਿਸ ਤੋਂ ਕੋਈ ਤੁਹਾਡੇ ਲੈਬ ਦੇ ਵਿੱਚ ਜੇ ਤੀ 10th ਵਿੱਚ ਪੜ੍ਹੀ ਹੋਏਗੀ ਕੈਮਿਸਟਰੀ ਸਾਇੰਸ ਪੜ੍ਹੀ ਹੋਏਗੀ ਕਿ ਅਗਰ ਤੁਹਾਨੂੰ ਕੋਈ ਪ੍ਰੋਜੈਕਟ ਦੇ ਲੈ ਕੇ ਗਏ ਹੋਣਗੇ ਤਾਂ ਕੋਈ ਵੀ ਮੰਨ ਲਓ ਦੀ ਨੋਲਿਜ ਨਹੀਂ ਹੈਗੀ ਕੋਈ ਵੀ ਕੈਮੀਕਲ ਹੁੰਦਾ ਮੰਨ ਲਓ ਕੋਈ ਵੀ ਕੈਮੀਕਲ ਉਹਨੇ ਪਾਤਾ ਤੇ ਕੋਈ ਰਿਐਕਸ਼ਨ ਹੁੰਦਾ ਤੇ ਮੈਡਮ ਕਹਿੰਦੇ ਨਾ ਕਿ 2 ਮਿੰਟ ਵਾਸਤੇ ਅਬਜ਼ਰਵ ਕਰੋ ਕਿ ਉਹਦਾ ਕਲਰ ਚੇਂਜ ਹੋ ਜਾਏਗਾ ਜਾਂ ਕਲਰ ਬਲੂ ਹੈਗਾ ਤਾਂ ਗ੍ਰੀਨ ਹੋ ਜਾਏਗਾ ਇਸ ਤਰ੍ਹਾਂ ਤੇ ਇਹਦੇ ਵਾਸਤੇ ਸਾਡੀ ਮੈਨੇਜਮੈਂਟ ਪ੍ਰੋਸੈਸ ਵਿੱਚ ਵੀ ਸਾਨੂੰ ਕੀ ਹੈ ਕੰਟੀਨਿਊਸ ਅਬਜ਼ਰਵੇਸ਼ਨ ਚਾਹੀਦੀ ਸਾਨੂੰ ਦੇਖਣਾ ਚਾਹੀਦਾ ਕਿ ਤੁਹਾਡਾ ਜਿਹੜਾ ਮੈਨੇਜਮੈਂਟ ਪ੍ਰੋਸੈਸ ਆ ਠੀਕ ਚੱਲਦਾ ਪਿਆ ਖਰਾਬ ਤੇ ਨਹੀਂ ਆ ਉਸ ਤਰ੍ਹਾਂ ਹੁੰਦਾ ਹੈ ਹਰਡ ਹਰਡ ਪੁਆਇੰਟ ਆਂਦਾ ਯੂਨੀਵਰਸਿਟੀ ਯੂਨੀ ਯੂਨੀਵਰਸਿਟੀ ਦਾ ਮਤਲਬ ਆ ਹੁੰਦਾ ਇਹਦਾ ਮਤਲਬ ਆ ਹੁੰਦਾ ਕਿ ਲਾਈਕ ਫਿਜ਼ਿਕਸ ਕੈਮਿਸਟਰੀ ਸਾਇੰਸ ਦ ਕਨਸੈਪਟ ਆਫ ਦਾ ਮੈਨੇਜਮੈਂਟ ਐਂਡ ਇਟ ਇਸ ਪ੍ਰਿੰਸੀਪਲ ਆਰ ਯੂਨੀਵਰਸਲ ਮੈਂ ਤੁਹਾਨੂੰ ਬੇਟਾ ਪਿਛਲੇ ਲੈਕਚਰ ਦੇ ਵਿੱਚ ਯੂਨੀਵਰਸਲ ਦਾ ਚੰਗੀ ਤਰ੍ਹਾਂ ਮਤਲਬ ਸਮਝਾਈ ਜੇਕਰ ਕਿਸੇ ਨੇ ਬੱਚੇ ਨੇ ਪਿਛਲਾ ਲੈਕਚਰ ਨਹੀਂ اٹੈਂਡ ਕੀਤਾ ਤਾਂ ਮੈਂ ਤੁਹਾਨੂੰ ਫੇਰ ਵੀ ਮੋਟਾ ਮੋਟਾ ਦੱਸ ਸਕਦਾ ਜਿਹੜਾ ਯੂਨੀਵਰਸਲ ਦਾ ਮੀਨਿੰਗ ਆ ਹੁੰਦਾ ਇੱਕ ਤਰੁਥ ਹੁੰਦਾ ਹੈ ਇਹ ਸੱਚ ਹੁੰਦਾ ਹੈ ਮੰਨ ਲਓ ਕਿ ਜਿ ਸਾਹ ਹੋਂ ਨਾ ਮੰਨ ਲਓ ਕਿ ਤੁਹਾਡੇ ਸਕੂਲ ਹੁੰਦੇ ਨੇ ਹਨਾ ਸਕੂਲ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਇਹਦੇ ਵਿੱਚ ਆਉਂਦੇ ਗਵਰਨਮੈਂਟ ਸੈਕਟਰ ਤੇ ਦੂਸਰਾ ਆਉਂਦੇ ਪ੍ਰਾਈਵੇਟ ਸੈਕਟਰ ਭਾਵੇਂ ਦੋ ਹ ਹਿੱਸਿਆਂ ਵਿੱਚ ਸਕੂਲ ਨੂੰ ਵੰਡਿਆ ਜਾਵੇ ਪਰ ਫੇਰ ਵੀ ਇਹਨਾਂ ਦੋਨਾਂ ਵਿੱਚ ਕੀ ਕੀ ਕਾਮਨ ਹੁੰਦੇ ਨੇ ਤਿੰਨ ਚੀਜ਼ਾਂ ਤੇ ਕਾਮਨ ਨਹੀਂ ਹੁੰਦੇ ਨੇ ਸਭ ਤੋਂ ਪਹਿਲੇ ਆਉਂਦੇ ਪ੍ਰਿੰਸੀਪਲ ਆਫ ਸਕੂਲ ਦਾ ਹਨਾ ਠੀਕ ਹੈ ਤੇ ਉਸ ਤੋਂ ਬਾਅਦ ਆਉਂਦੇ ਟੀਚਰਸ ਠੀਕ ਹੈ ਫਿਰ ਉਸ ਤੋਂ ਬਾਅਦ ਆਂ ਦੇ ਸਟੂਡੈਂਟ ਆ ਤੁਸੀਂ ਨੋਟ ਕਰਿਓ ਭਾਵੇਂ ਜਿੱਥੇ ਮਰਜੀ ਛਲ ਜੋ ਗਵਰਨਮੈਂਟ 'ਚ ਚਲ ਜੋ ਪ੍ਰਾਈਵੇਟ 'ਚ ਚਲ ਜੋ ਤੁਹਾਨੂੰ ਆ ਤਿੰਨ ਮਤਲਬ ਮਿਲਨਗੇ ਅਹੁਦੇ ਜਾਂ ਪੋਜੀਸ਼ਨ ਮਿਲਣਗੇ ਮਿਲਣਗੇ ਇੱਕ ਤੇ ਸਟੂਡੈਂਟਾਂ 'ਾਂ ਦੇ ਇੱਕ ਤੇ ਟੀਚਰਾਂ 'ਾਂ ਦੇ ਇੱਕ ਤੇ ਪ੍ਰਿੰਸੀਪਲ ਆਂਦੇ ਨੇ ਤੇ ਚੌਥਾ ਤੀ ਉਹ ਵੀ ਲਿਖ ਸਕਦੇ ਹੋ ਵਰਕਰ ਵੀ ਆ ਸਕਦੇ ਨੇ ਜਿਹੜੇ ਸਫਾਈ ਕਰਮਚਾਰੀ ਹੁੰਦੇ ਨੇ ਉਹ ਵੀ ਆ ਸਕਦੇ ਨੇ ਠੀਕ ਹੈ ਤੇ ਹੁਣ ਆਪਣਾ ਮੈਨੇਜਮੈਂਟ ਦੇ ਜਿਹੜੇ ਪ੍ਰਿੰਸੀਪਲਸ ਹੈਗੇ ਨੇ ਜਿਹੜਾ ਕਿ ਆਪਾਂ ਅਗਲੀ ਨੈਕਸਟ ਕਲਾਸ ਵਿੱਚ ਪੜਾਂਗੇ ਨੈਕਸਟ ਟੂ ਨੈਕਸਟ ਮੇਰੇ ਖਿਆਲ ਨਾਲ ਕਲਾਸ ਵਿੱਚ ਪੜਾਂਗੇ ਤੇ ਉਹ ਜਿਹੜੇ ਪ੍ਰਿੰਸੀਪਲਸ ਆਫ ਮੈਨੇਜਮੈਂਟ ਆਗੇ ਨਾ ਉਹ ਹਰ ਜਗ੍ਹਾ ਐਪਲੀਕੇਬਲ ਹੁੰਦੇ ਨੇ ਠੀਕ ਹੈ ਐਪਲੀਕੇਬਲ ਹੋਣੇ ਮੈਂ ਤੁਹਾਨੂੰ ਦੱਸਿਆ ਹੀ ਨਾ ਕਿ ਜਿਹਾ ਪ੍ਰਿੰਸੀਪਲ ਹੈਗਾ ਟੀਚਰ ਹੈਗਾ ਸਟੂਡੈਂਟ ਹੈਗਾ ਇਹ ਹਰ ਜਗ੍ਹਾ ਮੌਜੂਦ ਹੁੰਦੇ ਭਾਵੇਂ ਜਿੰਨੇ ਮਰਜੀ ਸੈਕਟਰ ਦੇ ਵਿੱਚ ਹੋਣ ਤਾਂ ਅਗਰ ਉਹਨੂੰ ਇੰਗਲਿਸ਼ 'ਚ ਲਿਖਣਾ ਹੋਵੇ ਤਾਂ ਐਪਲੀਕੇਬਲ ਐਨੀਵੇਅਰ ਕਹਿੰਦੇ ਨੇ ਬੇਟਾ ਮੈਂ ਤੁਹਾਨੂੰ ਸਮਝਾਉਣ ਵਾਸਤੇ ਥੋੜਾ ਪੰਜਾਬੀ ਬੋਲਦਾ ਵਾਂ ਜਾਂ ਮਤਲਬ ਕਰਤਾ ਵਾਂ ਐਗਜ਼ਾਮਪਲਸ ਦੇਣਾ ਵਾਂ ਪਰ ਜੇ ਤੂੰ ਪੇਪਰ 'ਚ ਲਿਖਣਾ ਤੇ ਜਿਹੜੀ ਮੈਂ ਲੈਂਗੁਏਜ ਲਿਖੀ ਆ ਨਾ ਇਹ ਸਭ ਤੋਂ ਸੌਖੀ ਲੈਂਗ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਹੁੰਦਾ ਹੈ ਵੈਰੀਫਿਕੇਸ਼ਨਸ ਆਫ ਪ੍ਰਿੰਸੀਪਲ ਕਹਿੰਦੇ ਨੇ ਲਾਈਕ ਫਿਜ਼ਿਕਸ ਕੈਮਿਸਟਰੀ ਦਾ ਪ੍ਰਿੰਸੀਪਲ ਆਫ ਮੈਨੇਜਮੈਂਟ ਕੈਨ ਆਲਸੋ ਬੀ ਵੈਰੀਫਾਈਡ ਜਿਹਾ ਹੁਨੇ ਮੰਨ ਲੋ ਕਿ ਫਿਜ਼ਿਕਸ ਕੈਮਿਸਟਰੀ ਜਾਂ ਸਾਇੰਸ ਵਿੱਚ ਹੁੰਦੇ ਨੇ ਪ੍ਰਿੰਸੀਪਲ ਦਿੱਤੇ ਹੁੰਦੇ ਨੇ ਉਹਦੇ ਆਪਾਂ ਵੈਰੀਫਾਈ ਕਰ ਸਕਦੇ ਹਾਂ ਕਰੇ ਅਬਜ਼ਰਵ ਕਰ ਸਕਦੇ ਕੋਈ ਹੁੰਦਾ ਤੁਹਾਡੇ ਖਿਆਨਾਂ ਲੈਬ ਹੁੰਦਾ ਪ੍ਰੈਕਟੀਕਲ ਹੁੰਦਾ ਕਿ ਜਿਹੜੀ ਟੀਚਰਸ ਲੈਬ ਤੇ ਲੈ ਕੇ ਜਾ ਕੇ ਤੁਹਾਨੂੰ ਜਿਹੜੇ ਬੁੱਕ 'ਚ ਐਕਸਪੈਰੀਮੈਂਟ ਦਿੱਤੇ ਹੁੰਦੇ ਨੇ ਉਹ ਪਰਫਾਰਮ ਕਰਦੇ ਨੇ ਉਸੇ ਤਰ੍ਹਾਂ ਜਿਹੜਾ ਮੈਨੇਜਮੈਂਟ ਪ੍ਰੋਸੈਸ ਹੈ ਨਾ ਇਹਨੂੰ ਵੀ ਜਿਹੜੇ ਉਹਦੇ ਮੈਨੇਜਮੈਂਟ ਦੇ 14 ਪ੍ਰਿੰਸੀਪਲ ਦਿੱਤੇ ਗਏ ਨੇ ਹੈਂਡਰੀ ਫੋਲਡ ਦੇ ਦੁਆਰਾ ਉਹਨੂੰ ਵੀ ਆਪਾਂ ਨਾ ਐਕਸ ਉਹ ਕਰ ਸਕਦੇ ਹਾਂ ਕੀ ਕਹਿੰਦੇ ਪ੍ਰੈਕਟੀਕਲ ਅਪਲਾਈ ਕਰ ਸਕਦੇ ਹਾਂ ਠੀਕ ਹੈ ਉਸ a real study about the practical ਹੁਣ ਮੈਂ ਤੁਹਾਨੂੰ ਪ੍ਰੈਕਟੀਕਲ ਦੇ ਬਾਰੇ ਦੱਸਦਾ ਪਹਿਣਾ ਉਹੀ ਪੁਆਇੰਟ ਆ ਗਿਆ ਪ੍ਰੈਕਟੀਕਲ ਐਪਲੀਕੇਬਿਲਟੀ ਆਫ ਦਾ ਪ੍ਰਿੰਸੀਪਲਸ ਆਫ ਦਾ ਮੈਨੇਜਮੈਂਟ ਠੀਕ ਹੈ ਬੇਟਾ ਮੈਂ ਹੋਪ ਕਰਦਾ ਕਿ ਤੁਹਾਨੂੰ ਆ ਸਾਰੇ 4 ਪੁਆਇੰਟ ਕਲੀਅਰ ਹੋ ਗਏ ਹੁਣ ਤੱਕ ਜੇਕਰ ਤੁਹਾਨੂੰ ਡਾਊਟ ਹੈ ਤੇ ਪਲੀਜ਼ ਕਮੈਂਟ ਸੈਕਸ਼ਨ ਤੇ ਦੱਸ ਦਿਓ ਉਸ ਤੋਂ ਬਾਅਦ ਆ ਜਾਂਦਾ ਕਨਕਲੂਜਨ ਠੀਕ ਹੈ ਬੇਟਾ ਕਨਕਲੂਜਨ ਜ਼ਰੂਰ ਜ਼ਰੂਰ ਲਿਖਣਾ ਦੇ ਉਕੇ ਤੇ ਤੇ ਕਨਕਲੂਜਨ ਨਹੀਂ ਲਿਖੋਗੇ ਅਗਰ ਕਨਕਲੂਜਨ ਲਿਖੋਗੇ ਗ੍ਰੇਟ ਇੰਪੈਕਟ ਪੈਂਦਾ ਫਿਰ ਉਸ ਤੋਂ ਬਾਅਦ ਆਪਾਂ ਲਿਖਣਾ ਕਿ ਜਿਸ ਤਰ੍ਹਾਂ ਫਰੋਮ ਦਾ ਅਬ ਅਨਲਿਸਿਸ ਇਟ ਹੈਜ਼ ਬੀਨ ਕਲੀਅਰਡੈਟ ਦਾ ਸਬਜੈਕਟ ਆਫ ਦਾ ਮੈਨੇਜਮੈਂਟ ਹੈਜ਼ ਆਲ ਫੀਚਰਸ ਆਫ ਬੀਇੰਗ ਰੈਫਰੈਂਸ ਟੂ ਦਾ ਟੂ ਐਸ ਅ ਸਾਇੰਸ ਠੀਕ ਹੈ ਹੁਣ ਆਹ ਟਰਮ ਜ਼ਰੂਰ ਵੇਖਿਓ ਇਹਨੂੰ ਪਹਿਲੇ ਮੈਂ ਪੰਜਾਬੀ ਦੇ ਦੱਸ ਦਿੰਦਾ ਕਹਿੰਦੇ ਨੇ ਕਿ ਜਿਹੜਾ ਉੱਪਰ ਆਪਾਂ ਹੁਣ ਗੱਲਬਾਤ ਕੀਤੀ ਹੈ ਉਹਦੇ ਤੁਹਾਨੂੰ ਆਹ ਕਲੀਅਰ ਹੋ ਜਾਂਦਾ ਕਿ ਜਿਹੜੇ ਮੈਨੇਜਮੈਂਟ ਦੇ ਇੱਥੇ ਹੈਗਾ ਹੈ ਨਾ ਮੈਨੇਜਮੈਂਟ ਐਸ ਅ ਸ ਮੈਨੇਜਮੈਂਟ ਐਸ ਸਬਜੈਕਟ ਦੇ ਫੀਚਰ ਤੇ ਮੈਨੇਜਮੈਂਟ ਐਸ ਫੀਚਰਸ ਆਫ ਸਾਇੰਸ ਇੱਕਦਮ ਬਰਾਬਰੀ ਬਰਾਬਰੀ ਤੇ ਨੇ ਠੀਕ ਹੈ ਤੇ ਫਿਰ ਆਪਾਂ ਕਹਿੰਦੇ ਨੇ ਕਿ ਹੁਣ ਆਪਾਂ ਕੀ ਕਰ ਸਕਦੇ ਕਨਸੀਡਰ ਕਰ ਸਕਦੇ ਸੋ ਦਾ ਮੈਨੇਜਮੈਂਟ ਇਜ਼ ਕਨਸੀਡਰ ਐਸ ਐਨ ਐਨੈਕਜੈਕਟ ਸਾਇੰਸ ਐਗਜੈਕਟ ਸਾਇੰਸ ਨਹੀਂ ਹੈਗੀ ਐਨ ਐਨੈਕਜੈਕਟ ਸਾਇੰਸ ਹੈਗਾ ਸੋਰੀ ਬੇਟਾ ਇਥੇ ਨਾ ਆ ਇਨ ਆਣਾ ਚਾਹੀਦਾ ਜੀ ਠੀਕ ਹੈ ਅਬ ਕਰੈਕਸ਼ਨ ਕਰ ਲਿਓ ਜੇ ਤੁਸੀਂ ਨੋਟਸ ਬਣਾਉਂਦੇ ਪਿਓ ਨਾ ਤੇ ਪਲੀਜ਼ ਬੇਟਾ ਕਰੈਕਸ਼ਨ ਕਰ ਲਿਓ ਕਦੀ ਕਦੀ ਨਾ ਟਾਈਪਿੰਗ 'ਚ ਮਿਸਟੇਕ ਹੋ ਜਾਂਦੀ ਹੈ ਠੀਕ ਹੈ ਹੁਣ ਮੈਂ ਹੁਣ ਇਥੇ ਵੀ ਅਗਲਾ ਟੌਪਿਕ ਆ ਜਾਂਦਾ ਸਾਡਾ ਮੈਨੇਜਮੈਂਟ ਨੋਟ ਐਂਡ ਐਗਜ਼ੈਕਟ ਸਾਇੰਸ ਕਹਿੰਦੇ ਨੇ ਕਿ ਥੇਅਰ ਇਜ਼ ਅ ਨੋ ਡਾਊਟ ਥੈਟ ਦਾ ਮੈਨੇਜਮੈਂਟ ਇਜ਼ ਅ ਸਾਇੰਸ ਬਟ ਨੋਟ ਐਨ ਐਗਜ਼ੈਕਟ ਸਾਇੰਸ ਲਾਈਕ ਫਿਜ਼ਿਕਸ ਕੈਮਿਸਟਰੀ অর ਨੇਚਰਲ ਸਾਇੰਸ ਕਹਿੰਦੇ ਨੇ ਆਪਾਂ ਮੰਨਦੇ ਆ ਕਿ ਮੈਨੇਜਮੈਂਟ ਜਿਹੜਾ ਹੈਗਾ ਉਹ ਸਾਇੰਸ ਦੀ ਤਰ੍ਹਾਂ ਲੱਗਦਾ ਹੈ ਫੀਚਰਸ ਤੇ ਉਹਨੂੰ ਆਪਾਂ ਹੁਣ ਨੀਤੀ ਕਹੋਗੇ ਸਰ ਆਪਾਂ ਦੇ ਫੀਚਰਸ ਕੀਤੇ ਹੋ ਤੇ ਬਿਲਕੁਲ ਸੇਮ ਨਿਕਲੇ ਤੇ ਆਪਾਂ ਮੈਨੇਜਮੈਂਟ ਨੂੰ ਸਾਇੰਸ ਕਹਿੰਦੇ ਆ ਪਰ ਹਾਂ ਬੇਟਾ ਮੈਂ ਤਾਂ ਗੱਲ ਮੰਨਦਾ ਵਾਂ ਆਪਾਂ ਮੈਨੇਜਮ ਇਹ ਫਿਜ਼ਿਕਸ ਕੈਮਿਸਟਰੀ ਵਰਗੀ ਸਾਇੰਸ ਨਹੀਂ ਹੈਗੀ ਮੈਨੇਜਮੈਂਟ ਠੀਕ ਹੈ ਨਾ ਹੁਣ ਅੱਗੇ ਮੈਂ ਦੱਸਦਾ ਕਹਿੰਦੇ ਮੈਨੇਜਮੈਂਟ ਇਜ਼ ਐਨ ਐਨ ਐਗਜ਼ੈਕਟ ਸਾਇੰਸ ਇਨ ਦਾ ਕੰਟੈਕਸਟ ਆਫ ਪੀਟਰ ਡੱਕਰ ਠੀਕ ਹੈ ਇਹ ਬੇਟਾ ਨਾਮ ਜ਼ਰੂਰ ਯਾਦ ਰੱਖਿਓ ਕਿਉਂਕਿ ਇਹ ਇਹਨਾਂ ਦੇ ਵਰਡਸ ਨੇ ਤੇ ਜੋ ਕਿ ਹੁਣ ਆਪਾਂ ਇਹਨੂੰ ਐਕਸਪਲੇਨ ਕਰਾਂਗੇ ਹੀ ਸੈਡ ਥੈਟ ਦਾ ਮੈਨੇਜਮੈਂਟ ਕੈਨ ਨੈਵਰ ਬੀ ਐਨ ਐਗਜ਼ੈਕਟ ਸਾਇੰਸ ਠੀਕ ਹੈ ਉਹਨਾਂ ਨੇ ਕਿਹਾ ਕਿ ਮੈਨੇਜਮੈਂਟ ਕਦੀ ਵੀ ਐਨ ਐਗਜ਼ੈਕਟ ਸਾਇੰਸ ਨਹੀਂ ਹੋ ਸਕਦੀ ਦਾ ਮੇਨ ਰੀਜ਼ਨ ਬਿਹਾਈਂਡ ਇਜ਼ ਥੈਟ ਦਾ ਮੈਨੇਜਮੈਂਟ ਇਜ਼ ਕਨਸਰਨਡ ਵਿਦ ਦਾ ਹਿਊਮਨ ਬੀਇੰਗ ਮਤਲਬ ਜਿਤੇ ਹੀ ਹੋਣੇ ਵੇਖੋਗੇ ਮੇਨ ਰੀਜ਼ਨ ਕੀ ਹੋਗਾ ਮੈਨੇਜਮੈਂਟ ਦੇ ਪ੍ਰੋਸੈਸ ਵਿੱਚ ਹਮੇਸ਼ਾ ਕੀ ਕੀ ਆਉਂਦੇ ਨੇ ਮੰਨ ਲਓ ਮੈਨੇਜਮੈਂਟ ਦੇ ਪ੍ਰੋਸੈਸ ਵਿੱਚ ਹਿਊਮਨ ਬੀਇੰਗਸ ਆਉਂਦੇ ਨੇ ਤੇ ਜਿਹੜਾ ਸਾਇੰਸ ਹੁੰਦਾ ਸਾਇੰਸ ਵਿੱਚ ਕੈਮੀਕਲਸ ਆਉਂਦੇ ਨੇ ਜਾਂ ਕੋਈ ਲੋ ਆਂਦਾ ਗ੍ਰੈਵਿਟੀ ਹੋ ਗਿਆ ਉਹ ਚੀਜ਼ ਆਂਦਾ ਹਿਊਮਨ ਬੀਇੰਗਸ ਨਹੀਂ ਆਉਂਦੇ ਕਦੀ ਵੀ ਤੁਸੀਂ ਵੇਖਿਆ ਹੋਗੇ ਯਾਰ ਸਾਇੰਸ ਦੇ ਵਿੱਚ ਕਦੀ ਵੀ ਹਿਊਮਨ ਬੀਇੰਗਸ ਦੀ ਗੱਲ ਨਹੀਂ ਕੀਤੀ ਹੋਗੀ ਕੈਮੀਕਲਸ ਦੀ ਗੱਲ ਕੀਤੀ ਹੋਗੀ ਠੀਕ ਹੈ ਹੁਣ ਅੱਗੇ ਪੜਦੇ ਹਾਂ ਕਹਿੰਦੇ ਨੇ ਦਾ ਨੇਚਰ ਐਂਡ ਦਾ ਬਿਹੇਵੀਅਰ ਆਫ ਦਾ ਹਿਊਮਨ ਬੀਇੰਗ ਠੀ ਦੇ ਨੇਚਰ ਐਂਡ ਦਾ ਬਿਹੇਵੀਅਰ ਆਫ ਦਾ ਹਿਊਮਨ ਬੀਇੰਗ ਚੇਂਜ ਅਕੋਰਡਿੰਗ ਵਿਦ ਦਾ ਟਾਈਮ ਔਰ ਸੋਰੀ ਚੇਂਜ ਚੇਂਜ ਇਨ ਅਕਾਊਂਟੈਂਸ ਵਿਦ ਦਾ ਚੇਂਜ ਇਨ ਟਾਈਮ ਐਂਡ ਸਰਕਮਸਟੈਂਸਸ ਹੁਣ ਕਾਫੀ ਮੈਂ ਤੁਹਾਨੂੰ ਦੱਸਦਾ ਵਾਂ ਮੰਨ ਲਓ ਕਿ ਇਹਦੇ ਵਿੱਚ ਆ ਕਹਿ ਸਕਦੇ ਆ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਪਹਿਲੇ ਫੈਸ਼ਨ ਜਿੱਦੀ ਬੱਚੇ ਜ਼ਿਆਦਾ ਫੋਲੋ ਕਰਦੇ ਹੋਗੇ ਪਹਿਲੇ ਚੱਲਦਾ ਹੁੰਦਾ ਸੀ ਕੋਈ ਲਾਈਨਾਂ ਵਾਲੀ ਸ਼ਰਟ ਪੁਰਾਣੇ ਜ਼ਮਾਨੇ ਚ ਵਿੱਚ ਲਾਈਨਾਂ ਵਾਲੀ ਸ਼ਰਟ ਚਲਦੀ ਸੀ ਹੈਨਾ ਹੁਣੇ ਹੁਣ ਅੱਜ ਦੇ ਜਮਾਨੇ 'ਚ ਵੀ ਲਾਈਨਾਂ ਵਾਲੀ ਸ਼ਰਟ ਚੱਲ ਲੱਪੀ ਤੇ ਪਹਿਲੇ ਕੀ ਹੁੰਦਾ ਸੀ ਸਾਡੇ ਟਾਈਮ 'ਤੇ ਬੂਟ ਕੱਟ ਪੈਂਟ ਬੜੀ ਚੱਲਦੀ ਹੁੰਦੀ ਸੀ ਤੇ ਅੱਜ ਵੀ ਹੁਣੇ ਬੂਟ ਕੱਟ ਪੈਂਟ ਚੱਲਣ ਲੱਪੀ ਤੇ ਇਹਦੇ ਕਰਕੇ ਹੁਣੇ ਚੇਂਜ ਇਨ ਫੈਸ਼ਨ ਹੋ ਗਿਆ ਚੇਂਜ ਇਨ ਪ੍ਰੀਫਰੈਂਸ ਹੋ ਗਈ ਨਾ ਸਾਡੀ ਨੇਚਰ ਐਂਡ ਬਿਹੇਵੀਅਰ ਹਾਡਾ ਹਿਮਨ ਬੀਇੰਗ ਦਾ ਚੇਂਜ ਹੋ ਗਿਆ ਤੇ ਹੁਣ ਜਿਹੜੀ ਉਹ ਜੀਨਸ ਬਣਾਉਂਦੇ ਸੀ ਸਕੀਨੀ ਜੀਨਸ ਬਣਾਉਂਦੇ ਸੀ ਉਹਨਾਂ ਨੂੰ ਵੀ ਮਜਬੂਰਨ ਕੀੜੀ ਬਣਾਨੀ ਪਈ ਬੈਗੀ ਜੀਨਸ ਬਣਾਨੀ ਪਈਆਂ ਬੂਟ ਕੱਟ ਵਾਲੀ ਜੀਨਸ ਬਣਾਨੀ ਪਈ ਠੀਕ ਹੈ ਹੁਣ ਅੱਗੇ ਆਪਾਂ ਕਰਦੇ ਕਹਿੰਦੇ ਇਟ ਇਜ਼ ਨੋਟ ਪੋਸੀਬਲ ਟੂ ਮੇਕ ਅ ਕੰਪਲੀਟ ਅ ਕਰੈਕਟ ਪ੍ਰੈਡਿਕਸ਼ਨ ਅਬਾਊਟ ਦਾ ਹਿਊਮਨ ਬੀਇੰਗ ਨੇਚਰ ਐਂਡ ਬਿਹੇਵੀਅਰ اے ਬੇਟਾ ਇਹਦੇ ਵਿੱਚ ਆ ਦੱਸਿਆ ਆ ਲਾਈਨ ਚ ਆ ਦੱਸਿਆ ਆ ਕਿ ਆਪਾਂ ਹਿਊਮਨ ਬੀਇੰਗਸ ਦੇ ਨੇਚਰਸ ਯਾ ਦ ਦਿਮਾਗ ਨੂੰ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਦੇ ਐਗਜ਼ੈਕਟ ਨਹੀਂ ਦੱਸ ਸਕਦੇ ਕਿ ਉਹ ਕੀ ਫੀਲ ਕਰਦਾ ਪਿਆ ਠੀਕ ਹੈ ਤੇ ਐਜ਼ ਅ ਕਨਸੀਕਵੈਂਸ ਆਲ ਆਫ ðiਸ ਫੈਕਟ ਦਾ ਮੈਨੇਜਮੈਂਟ ਇਜ਼ ਐਨ ਐਗਜ਼ੈਕਟ ਸਾਇੰਸ ਇਨ ਫੈਕਟ ਦਾ ਮੈਨੇਜਮੈਂਟ ਇਜ਼ ਐਨ ਐਨ ਐਗਜ਼ੈਕਟ ਸਾਇੰਸ ਠੀਕ ਹੈ ਵੇਰਾ ਕਹਿੰਦਾ ਕਿ ਉੱਪਰਲੇ ਜਿਹੜੇ ਆਪਾਂ ਸਾਰੀ ਕਨਵਰਸੇਸ਼ਨ ਕੀਤੀ ਉਹਦੇ ਤੁਹਾਨੂੰ ਇਹ ਪਤਾ ਚੱਲਦਾ ਹੈ ਕਿ ਜਿਹੜੀ ਮੈਨੇਜਮੈਂਟ ਹੈਗੀ ਆ ਉਹ ਨਾਟ ਐਨ ਐਗਜੈਕਟ ਸਾਇੰਸ ਹੈਗੀ ਬਿਲਕੁਲ ਐਗਜੈਕਟ ਸਾਇੰਸ ਨਹੀਂ ਹੈਗੀ ਕਿਉਂਕਿ ਜਿਹੜੇ ਆਪਾਂ ਫਿਜ਼ਿਕਸ ਪੜ੍ਹਦੇ ਆ ਹਨਾ ਮੰਨ ਲਓ ਜਾਂ ਕੈਮਿਸਟਰੀ ਪੜ੍ਹਦੇ ਆ ਹਨਾ ਉਹ ਜੋ ਵੀ ਆ ਵੇਖੋ ਸੀਨੀਅਰ ਸੌਰੀ ਕੈਮਿਸਟਰੀ ਪੜ੍ਹਦੇ ਆ ਹਨਾ ਤੇ ਇਹਦੇ ਵਿੱਚ ਕੀ ਹੁੰਦਾ ਐਗਜੈਕਟ ਹਰ ਇੱਕ ਚੀਜ਼ ਉਹ ਵੀ ਕੋਈ ਉਹਨਾਂ ਨੇ ਦੱਸਿਆ ਹੈਗਾ ਇਹ ਐਗਜੈਕਟ ਸਾਇੰਸ ਹੁੰਦੀ ਹੈ ਕਿਉਂਕਿ ਇਹ ਕੀ ਨਹੀਂ ਕਰਦੀ ਹਿਊਮਨ ਬੀਿੰਗ ਨਾਲ ਉਹਨਾਂ ਦਾ ਕੋਈ ਕਨੈਕਸ਼ਨ ਨਹੀਂ ਹੁੰਦਾ ਇਨਾਂ ਦਾ ਕਿਹਦੇ ਨਾਲ ਕਨੈਕਸ਼ਨ ਦੱਸ ਜਾਂ ਤੇ ਹੋਊਗਾ ਕੋਈ ਗ੍ਰੈਵਿਟੀ ਦੇ ਨਾਲ ਜਾਂ ਨੋਨ ਲਿਵਿੰਗ ਥਿੰਗਸ ਨਾਲ ਕਹਿ ਲਓ ਜਾਂ ਫਿਰ ਜਾਂ ਤੀਕ ਐਸਾ ਦੇਓ ਕੈਮੀਕਲਸ ਦੇ ਨਾਲ ਹੋਏਗਾ ਠੀਕ ਹੈ ਜਾਂ ਤੀਕ ਆ ਵੀ ਐਸਾ ਦੇਖੋ ਨੋਨ ਲਿਵਿੰਗ ਬੀਇੰਗਸ ਦੇ ਨਾਲ ਇਹਨਾਂ ਦਾ ਰਿਲੇਸ਼ਨ ਹੁੰਦਾ ਜ਼ਿਆਦਾਤਰ ਠੀਕ ਹੈ ਹਿਊਮਨ ਬੀਇੰਗਸ ਨਾਲ ਨਹੀਂ ਹੁੰਦਾ ਤੇ ਮੈਂ ਹੱਜੀ ਬਾਇਓ ਦੀ ਗੱਲ ਨਹੀਂ ਕੀਤੀ ਕਿਉਂਕਿ ਉੱਥੇ ਹਿਊਮਨ ਬੀਇੰਸ ਆ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਕਹਿੰਦੇ ਨੇ ਕਿ ਜਿਹੜਾ ਆਹ ਹੈਗਾ ਹਿਡਰਾ ਹੁੰਦੇ ਮਤਲਬ ਸੈਕੰਡ ਆ ਨਾ ਹਿਊਮਨ ਬੀنگ ਨਾਲ ਕਨੈਕਟ ਨਹੀਂ ਰਤਾ ਦੇਣਾ ਨੂੰ ਐਗਜ਼ੈਕਟ ਸਾਇੰਸ ਕਿਹਾ ਜਾਂਦਾ ਹੁਣ ਮੈਨੇਜਮੈਂਟ ਇਹਦੇ ਜਿਹੇ ਹਿਊਮਨ ਬੀংস ਕਨੈਕਟ ਹੁੰਦੇ ਨੇ ਮਤਲਬ ਕਿ ਰਿਲੇਟਿਡ ਹੁੰਦੇ ਆ ਰਿਲੇਟਿਡ ਟੂ ਹਿਊਮਨ ਬੀংস ਹੁੰਦਾ ਕਿਉਂਕਿ ਮੈਨੇਜਮੈਂਟ ਦੇ ਪ੍ਰੋਸੈਸ ਵਿੱਚ ਕੀ ਆਂਦਾ ਹੀ ਪਲੈਨਿੰਗ ਆਂਦਾ ਹੈ ਹਨਾ ਬੇਟਾ ਫਿਰ ਆਂਦਾ ਥੋੜੀ ਨਾ ਹੈਂਡਰਾਈਟਿੰਗ ਮੈਂ ਟੈਬਲੇਟ ਤੇ ਸਿੱਖਦਾ ਮੈਂ ਤੇ ਗਲਤ ਹੋ ਜੇ ਕੋਈ ਗੱਲ ਨਹੀਂ ਥੋੜਾ ਇਗਨੋਰ ਕਰਨਾ ਠੀਕ ਹੈ ਆਰਗੇਨਾਈਜ਼ਿੰਗ ਆਂਦਾ ਠੀਕ ਹੈ ਇਸੇ ਤਰ੍ਹਾਂ ਸਟਾਫਿੰਗ ਵੀ ਆਂ ਠੀਕ ਹੈ ਬੇਟਾ ਇਨ ਲਾਸਟ ਆਹ ਹਾਂ ਤਾਂ ਕੰਟਰੋਲਿੰਗ ਹੁਣ ਇਹਨਾਂ ਦੇ ਵਿੱਚ ਜੇ ਆਪਾਂ ਇਹਨਾਂ ਸਾਰੇ ਫੰਕਸ਼ਨਸ ਨੂੰ ਕਰਨਾ ਹੈ ਤਾਂ ਸਾਨੂੰ ਕਿਹਦੀ ਨੀਡ ਹੁੰਦੀ ਹੈ ਇੱਕ ਕਾਮਨ ਫੈਕਟਰ ਦੀ ਨੀਡ ਹੈ ਜਿੱਦੋਂ ਆਪਾਂ ਕਹਿੰਦੇ ਨੇ ਹਿਊਮਨ ਬੀਿੰਗ ਠੀਕ ਹੈ ਇਸੇ ਕਰਕੇ ਆਪਾਂ ਨੂੰ ਮੈਨੇਜਮੈਂਟ ਨੂੰ ਕੀ ਕਹਿੰਦੇ ਨੇ ਐਨ ਐਗਜ਼ੈਕਟ ਸਾਇੰਸ ਬੇਟਾ ਜੀ ਮੈਂ ਹੋਪ ਕਰਦਾ ਹਾਂ ਕਿ ਤੁਹਾਨੂੰ ਮੇਰੀ ਆ ਵੀਡੀਓ ਅੱਛੀ ਲੱਗੀ ਹੋਗੀ ਤੇ ਇਨਫੋਰਮੇਟਿਵ ਲੱਗੀ ਹੋਗੀ ਤੇ ਤੁਹਾਨੂੰ ਇਹ ਟਾਪਿਕ ਮੈਨੇਜਮੈਂਟ ਐਜ਼ ਅ ਸਾਇੰਸ ਬਿਲਕੁਲ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਤੇ ਤੁਹਾਨੂੰ ਵੀ ਲਰਨ ਹੋ ਗਿਆ ਹੋਵੇਗਾ ਤੇ ਬੇਟਾ ਪਲੀਜ਼ ਇਹਦੇ ਸਕਰੀਨਸ਼ਾਟ ਲੈ ਲਓ ਮੈਂ ਹੁਣੇ ਵੀਡੀਓ ਨੂੰ ਬਿਲਕੁਲ ਸਲਾਈਡ ਨੂੰ ਸਲੋ ਸਲੋ ਪਲੇ ਕਰਦਾ ਤੇ ਸਕਰੀਨਸ਼ਾਟ ਲੈ ਲਓ ਤੇ ਬੇਟਾ ਆਪਣੇ ਨੋਟਸ ਜਿਹੜੇ ਹੈਗੇ ਆ ਨਾਲ ਦੇ ਨਾਲ ਕੰਪਲੀਟ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਹੁਣ ਇਹ ਸਿਲੇਬਸ ਨੂੰ ਆਪਾਂ ਨਾ ਇਹ ਥੋੜਾ ਨੇਚਰਸ ਐਂਡ ਨੇਚਰ ਹੈਗਾ ਮੈਨੇਜਮੈਂਟ ਦਾ ਉਸ ਤੋਂ ਬਾਅਦ ਜਿਹੜੇ ਆਬਜੈਕਟਿਵਸ ਹੈਗੇ ਉਹਨੂੰ ਬਿਲਕੁਲ ਮੈਂ ਹੌਲੀ ਹੌਲੀ ਕਰ ਚਲਾਉਂਗਾ ਆ ਹਫਤੇ ਦੇ ਅੰਦਰ ਮੇਰਾ ਟਾਰਗੇਟ ਹੈ ਕਿ ਨੇਚਰਸ ਦੇ ਆਬਜੈਕਟਿਵ ਹੋ ਜਾਣ ਉਸ ਤੋਂ ਬਾਅਦ ਜਿਹੜੇ ਅਗੇ ਹੈਗੇ ਨਾ ਫੰਕਸ਼ਨਸ ਆਫ ਮੈਨੇਜਮੈਂਟ ਉਹ ਆਪਾਂ ਮਿੰਟੋ-ਮਿੰਟ ਮੁਕਾਨੀਆ ਠੀਕ ਹੈ ਨਾ ਤੇ ਇਸ ਕਰਕੇ ਇਹਨੂੰ ਪਲੀਜ਼ ਸਕਰੀਨਸ਼ਾਟ ਲੈ ਲਓ ਹੋਪ ਕਰਦਾ ਕਿ ਤੁਹਾਨੂੰ ਮੇਰੀ ਵੀਡੀਓ ਨਾ ਚੰਗੀ ਲੱਗੀ ਹੋਏਗੀ ਠੀਕ ਹੈ ਬੇਟਾ ਤੇ ਅਗਰ ਕੋਈ ਵੀ ਤੁਹਾਨੂੰ ਡਾਊਟ ਹੈ ਤੇ ਪਲੀਜ਼ ਕਮੈਂਟ ਸੈਕਸ਼ਨ ਤੁਹਾਡੇ ਵਾਸਤੇ ਹੈਗਾ ਜੀ ਕਮੈਂਟ ਕਰਕੇ ਮੈਨੂੰ ਦੱਸੋ ਮੈਂ ਜਰੂਰ ਜਰੂਰ ਰਿਪਲਾਈ ਕਰਾਂਗਾ ਸੋ ਚਲੋ ਬੇ